ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਫੇਸਬੁੱਕ ਤੋਂ ਰਵਿੰਦਰ ਸਿੰਘ। ਸਭ ਤੋਂ ਪਹਿਲਾਂ ਅੱਜ ਵਿਸਾਖੀ ਮੌਕੇ ਸਭ ਨੂੰ ਬਹੁਤ ਬਹੁਤ ਮੁਬਾਰਕ ਦੇਣਾ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭੈਣ ਭਰਾਵਾਂ ਨੂੰ ਅਤੇ ਬੱਚਿਆਂ ਨੂੰ ਵੀ ਇਸ ਮੌਕੇ ਮੈਂ ਵਿਸ਼ੇਸ਼ ਤੌਰ ਦੇ ਉੱਤੇ ਵਿਸਾਖੀ ਦੀਆਂ ਮੁਬਾਰਕਾਂ ਦਿੰਦਾ। ਅੱਜ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਲਹਿ ਲਾਉਣ ਦੇ ਖੇਤਾਂ ਦੇ ਨੇੜੇ ਕੁਝ ਸ਼ਖਸ ਜਿਹੜੇ ਮਿਲ ਰਹੇ ਨੇ ਸਾਨੂੰ, ਜਿਹੜੇ ਆਪਣੇ ਜ਼ਬਾਨ ਰਾਹੀਂ ਲੋਕਾਂ ਨਾਲ ਆਪਣਾ ਜੋ ਹੈ ਵਿਸਾਖੀ ਦੀ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹਾਂ। ਸੋ ਅਸੀਂ ਸਭ ਤੋਂ ਪਹਿਲਾਂ ਮਿਲਵਾਉਣ ਜਾ ਰਹੇ ਹਾਂ ਸਰਦਾਰ ਹਰਜੀਤ ਸਿੰਘ ਜੀ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਵਿਸਾਖੀ ਮੌਕੇ ਕੀ ਕਹਿਣਾ ਚਾਹੁੰਦੇ ਹੋ ਅਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਜੀ ਵਿਸਾਖੀ ਮੌਕੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ, ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ ਬਹੁਤ ਬਹੁਤ ਵਿਸਾਖੀ ਦੀਆਂ ਮੁਬਾਰਕਾਂ ਦੇਣੀਆਂ ਚਾਹੁੰਦਾ ਅਤੇ ਨਾਲ ਸੁਨੇਹਾ ਇਹ ਦੇਣਾ ਚਾਹੁੰਦਾ ਮੈਂ ਕਿ ਜਿਹੜੇ ਪੰਜਾਬੀ ਨੇ ਉਹ ਸੋਚਦੇ ਨੇ ਵੀ ਅਸੀਂ ਛਾਵੇਂ ਤਾਂ ਬੈਠ ਜਾਈਏ ਅਤੇ ਅਸੀਂ ਰੁੱਖ ਕੋਈ ਲਾਈਏ ਨਾ, ਅਤੇ ਅਸੀਂ ਮੈਂ ਸੁਨੇਹੇ ਦੇ ਵਿੱਚ ਇਹੀ ਜ਼ਰੂਰ ਕਹਿਣਾ ਚਾਹੁੰਦਾ ਹਰ ਇੱਕ ਪੰਜਾਬੀ ਨੂੰ ਵੀ ਆਪਣਾ ਜਿਹੜਾ ਤੁਹਾਡਾ ਜਨਮ ਦਿਨ ਆਉਂਦਾ, ਕੋਈ ਵੀ ਬੰਦੇ ਨੂੰ ਜਨਮ ਦਿਨ ਦੇ ਉੱਤੇ ਆਪਣੇ ਉੱਤੇ ਇੱਕ ਇੱਕ ਰੁੱਖ ਜ਼ਰੂਰ ਲਗਾ ਦੇਣਾ ਚਾਹੀਦਾ। ਅਤੇ ਇਸ ਦੇ ਨਾਲ ਹੀ ਕਿਸਾਨ ਭਰਾਵਾਂ ਨੂੰ, ਪੰਜਾਬੀ ਵੀਰਾਂ ਨੂੰ, ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਸੋ ਇਸੇ ਨਾਲ ਹੀ ਅਸੀਂ ਇੱਕ ਮਿਲਵਾ ਰਹੇ ਹਾਂ ਕਿਸਾਨੀ ਨਾਲ ਹੀ ਜੁੜੇ ਸਰਦਾਰ ਗੁਰਚਰਨ ਸਿੰਘ ਭੰਗੂ ਜੀ ਨਾਲ। ਗੁਰਚਰਨ ਸਿੰਘ ਭੰਗੂ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵਿਸਾਖੀ ਮੌਕੇ ਲੋਕਾਂ ਨਾਲ ਆਪਣੀ ਖੁਸ਼ੀ ਕਿਵੇਂ ਸਾਂਝੀ ਕਰਨਾ ਚਾਹੁੰਦੇ ਹੋ ਅਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਵਿਸਾਖੀ ਮੌਕੇ ਅਸੀਂ ਖੁਸ਼ੀ ਇਹੀ ਸਾਂਝੀ ਕਰਦੇ ਹਾਂ, ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਵੀਰਾਂ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਵਿਸਾਖੀ ਦੀਆਂ। ਦੂਸਰੀ ਗੱਲ ਇਹ ਹੈ ਕਿ ਅਸੀਂ ਤਾਂ ਇਹੀ ਸਾਂਝੇ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਸਰਕਾਰ ਨੇ ਮੁੱਦਾ ਉਠਾਇਆ ਵੀ ਅੱਗ ਆ ਜਿਹੜੀ ਅਨਾਜ ਕੱਟਣ ਤੋਂ ਬਾਅਦ ਦੂਸਰੀ ਨਾ ਲਾਈ ਆ, ਉਹ ਬਹੁਤ ਚੰਗੀ ਸੋਚ ਹੈ ਸਰਕਾਰ ਦੀ, ਅਸੀਂ ਵੀ ਚਾਹੁੰਦੇ ਹਾਂ ਕਿ ਇਹ ਅੱਗ ਨਹੀਂ ਲੱਗਣੀ। ਇਹਦੇ ਨਾਲ ਜਿਹੜੇ ਛੋਟੇ ਬੱਚੇ ਨੇ ਉਹਨਾਂ 'ਤੇ ਬਹੁਤ ਜ਼ਿਆਦਾ ਪੋਲਿਊਸ਼ਨ ਦਾ ਅਸਰ ਪੈਂਦਾ ਅਤੇ ਇਹ ਅੱਗ ਨਹੀਂ ਲਾਉਣੀ ਚਾਹੀਦੀ। ਦੂਜੀ ਗੱਲ ਇਹ ਹੈ ਕਿ ਜਿਹੜੇ ਉਪਜਾਊ ਤੱਤ ਨੇ ਜ਼ਮੀਨ ਦੇ ਵਿੱਚੋਂ ਉਹ ਅੱਗ ਲਾਉਣ ਦੇ ਨਾਲ ਖਤਮ ਹੋ ਜਾਂਦੇ ਨੇ, ਉਹਦੇ ਨਾਲ ਕੀ ਚੰਗੀ ਫਸਲ ਨਹੀਂ ਫਿਰ ਦੁਬਾਰਾ ਪੈਦਾ ਹੁੰਦੀ। ਇਸ ਕਰਕੇ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਸਾਰਿਆਂ ਨੂੰ ਲੱਖ ਲੱਖ ਵਧਾਈ ਵਿਸਾਖੀ ਸਾਡੇ ਵੱਲੋਂ। ਸਤਿ ਸ਼੍ਰੀ ਅਕਾਲ। ਸੋ ਇਸ ਮੌਕੇ ਇੱਕ ਹੋਰ ਸ਼ਖਸ ਨੇ ਜਿਹੜੇ ਫੇਸਬੁੱਕ ਦੋਸਤਾਂ ਨੂੰ ਅਤੇ ਲੋਕਾਂ ਨਾਲ ਆਪਣੀ ਜਿਹੜੀ ਹੈ ਵਿਸਾਖੀ ਦੀ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹਨ, ਇਹ ਨੇ ਵਿੱਕੀ ਜੀ। ਹਾਂਜੀ ਵਿੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵਿਸਾਖੀ ਮੌਕੇ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ? ਵਿਸਾਖੀ ਮੌਕੇ ਆਪਣੇ ਸਾਰੇ ਪੰਜਾਬੀ ਵੀਰਾਂ ਨੂੰ ਵਿਸਾਖੀ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਅਤੇ ਨੌਜਵਾਨ ਵੀਰਾਂ ਵਾਸਤੇ ਇਹੀ ਸੁਨੇਹਾ ਕਿ ਨਸ਼ੇ ਤੋਂ ਦੂਰ ਰਹੋ, ਨਸ਼ੇ ਨੂੰ ਬੰਦ ਕਰਾਉਣ ਵਿੱਚ ਮਦਦ ਕਰੋ। ਸਤਿ ਸ਼੍ਰੀ ਅਕਾਲ ਜੀ। ਸੋ ਵੀਰੋ, ਤੁਹਾਡੇ ਨਾਲ ਸਭ ਨੇ ਖੁਸ਼ੀ ਸਾਂਝੀ ਕੀਤੀ ਹੈ ਵਿਸਾਖੀ 'ਤੇ, ਸਾਰੇ ਜਣੇ ਵਿਸਾਖੀ ਮੌਕੇ ਖੁਸ਼ ਰਹੋ, ਆਬਾਦ ਰਹੋ। ਸੋ ਮੇਰੇ ਵੱਲੋਂ ਵੀ ਫੇਸਬੁੱਕ ਸਾਰੇ ਦੋਸਤਾਂ ਨੂੰ, ਪੰਜਾਬੀਆਂ ਨੂੰ ਅਤੇ ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ ਭੈਣ ਭਰਾਵਾਂ ਅਤੇ ਬੱਚਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ।